ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ, ਅਸੀਂ ਪੁੱਛਦੇ ਹਾਂ ਕੀ ਗੱਲ ਕਰਨਾ ਚਾਹੁੰਦੇ ਨੇ ਉਹ। ਹੈਲੋ, ਹੈਲੋ, ਮੈਂ ਜਸਵਿੰਦਰ ਸਿੰਘ ਮੱਤੜ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਗੱਲ ਕਰਨੀ ਚਾਹੁੰਦੇ ਹੋ ਆਪਣੀ? ਸਰ, ਮੇਰਾ ਇਹ ਸਵਾਲ ਹੈ, ਜੇ ਜਦੋਂ ਕਾਨੂੰਨ ਦੇ ਰਖਵਾਲੇ ਛੇੜਖਾਨੀਆਂ ਮਹਿਲਾ ਨਾਲ ਕਰਨ ਲੱਗ ਪੈਣਗੇ ਹਾਂਜੀ, ਤਾਂ ਫਿਰ ਆਮ ਲੋਕ ਕੀ ਕਰਨਗੇ? ਕੀ ਉਹ ਵੀ ਉਹਨਾਂ ਵੱਲ ਵੇਖ ਕੇ ਕਰਨ ਲੱਗ ਪੈਣਗੇ? ਜਦ ਕਾਨੂੰਨ ਦੇ ਰਖਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਸਟਮਰ ਦੇ ਨਾਲ ਜੋ ਸਾਡੀ ਦਾਲ ਡਿਊਟੀ ਕਰ ਰਹੀ, ਅਸੀਂ ਉਹਦੇ ਨਾਲ ਛੇੜਛਾਨੀ ਕਰ ਰਹੇ ਹਾਂ। ਇੱਕ ਉਹ ਵੀ ਕਿਸੇ ਦੀ ਪਤਨੀ ਸੀ, ਜੇ ਸਮਝਿਆ ਜਾਵੇ ਇਹ ਵੀ ਕਿਸੇ ਦੀ ਭੈਣ ਸੀ ਜਾਂ ਕਿਸੇ ਦੀ ਮਾਂ ਸੀ, ਕਿ ਸਾਡਾ ਸਮਾਜ ਇੰਨਾ ਗਿਰ ਗਿਆ ਹੈ, ਕੀ ਇਹਦਾ ਕੀਤਾ ਜਾਵੇਗਾ? ਕਲ ਯੁੱਗ ਬਹੁਤ ਵੱਧ ਗਿਆ ਹੈ, ਕਿਉਂਕਿ ਅੰਤ ਦੁਨੀਆਂ ਦਾ ਆ ਚੁੱਕਿਆ ਹੈ। ਇਹਨਾਂ ਦੀ ਲਗਾਮ ਕਿਉਂ ਨਹੀਂ ਕੱਸੀ ਜਾ ਰਹੀ? ਇਹਨਾਂ ਦੀ ਸਖ਼ਤ ਕਾਰਵਾਈ ਹੋਵੇ। ਅਸੀਂ ਕਿੰਨੀ ਤਰ੍ਹਾਂ ਦੀ ਕੋਸ਼ਿਸ਼ ਕੀਤੀ, ਜਿਹੜੇ ਕਾਨੂੰਨ ਨੂੰ ਅਸੀਂ ਰੋਕਦੇ ਹਾਂ, ਜਿਹੜਾ ਬਣਾਉਂਦੇ ਹਾਂ, ਉੱਧਰ ਨੂੰ ਹੀ ਲੋਕ ਵੱਧਦੇ ਜਾਂਦੇ ਨੇ। ਬੱਕਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਇਹਨਾਂ ਦਾ ਕਹਿਣਾ ਕਿ ਕੱਲ੍ਹ ਇੱਕ ਚੰਡੀਗੜ੍ਹ ਦੀ ਮਹਿਲਾ ਕਾਂਸਟੇਬਲ ਸੀ, ਉਸਦੇ ਨਾਲ ਛੇੜਖਾਨੀ ਕੀਤੀ ਗਈ ਹੈ, ਅਤੇ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਚੰਡੀਗੜ੍ਹ ਪੁਲਿਸ ਕਾਫੀ ਬਿਹਤਰ ਹੈ ਪੰਜਾਬ ਪੁਲਿਸ ਨਾਲੋਂ। ਮੈਂ ਇਸ 'ਤੇ ਮੱਕੜ ਸਾਹਿਬ ਦੀ ਗੱਲ 'ਤੇ ਟਿੱਪਣੀ ਕਰਦਾ। ਹਾਂਜੀ, ਜੋ ਮੱਕੜ ਸਾਹਿਬ ਨੇ ਗੱਲ ਕੀਤੀ ਹੈ ਬਿਲਕੁਲ ਠੀਕ ਹੈ। ਇਹ ਸਾਡੇ ਸਮਾਜ ਵਿੱਚ ਇੱਕ ਪ੍ਰੋਬਲਮ ਆ ਗਈ ਹੈ ਕਿ ਕਈ ਥਾਵਾਂ 'ਤੇ ਇਹ ਜਿਹੜੀ ਛੇੜਛਾੜ ਦੀਆਂ ਪ੍ਰੋਬਲਮਸ ਹੈ ਬਹੁਤ ਵੱਧ ਗਈਆਂ, ਐਂਡ ਕਈ ਥਾਵਾਂ 'ਤੇ ਲੋਕਾਂ ਨੇ ਆਪਣੇ ਕਾਨੂੰਨ ਹੱਥ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਮੈਂ ਇੱਥੇ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਚੰਡੀਗੜ੍ਹ ਪੁਲਿਸ ਸਪੈਸ਼ਲੀ ਇਸ ਚੀਜ਼ ਵਾਸਤੇ ਬਹੁਤ ਜਾਗਰਤ ਹੈ, ਅਤੇ ਪਿਛਲੇ ਸਾਲ ਤੋਂ ਇੱਕ ਬਹੁਤ ਤਗੜੀ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਇਸ ਪਰਟੀਕੁਲਰ ਇੰਸੀਡੈਂਟ ਵਿੱਚ ਬਹੁਤ ਸਟ੍ਰਿੰਜੈਂਟ ਸੈਕਸ਼ਨਸ ਦੇ ਤਹਿਤ ਕੇਸ ਰਜਿਸਟਰ ਕਰ ਦਿੱਤਾ ਗਿਆ, ਗੱਡੀ ਆਈਡੈਂਟੀਫਾਈ ਕਰ ਲਈ ਗਈ ਹੈ, ਐਂਡ ਆਈ ਐਮ ਵੈਰੀ ਸ਼ੋਰ ਕਿ ਜਿਹੜੇ ਬੰਦਿਆਂ ਨੇ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਫੌਰਨ ਕਾਬੂ ਕੀਤਾ ਜਾਏਗਾ, ਅਤੇ ਆਈ ਐਮ ਸ਼ੋਰ ਕਿ ਇਹ ਸਬਕ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ। ਬਿਲਕੁਲ, ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਜਦੋਂ ਤੁਹਾਨੂੰ ਅਪਰਾਧੀ 'ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਕਿ ਇਸ ਦੀ ਛਿੱਤਰ ਪਰੇਡ ਕੀਤੀ ਜਾਣੀ ਚਾਹੀਦੀ ਹੈ, ਕੋਈ ਇੱਦਾਂ ਦਾ ਗੁੱਸਾ ਆਉਂਦਾ, ਮਤਲਬ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਉਸ ਵੇਲੇ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਇੱਕ ਸਿਟੀਜ਼ਨ ਵੀ ਹੈਗਾ, ਇੰਡੀਵਿਜੁਅਲ ਵੀ ਹਾਂ ਅਤੇ ਪੁਲਿਸ ਅਫਸਰ ਵੀ ਹਾਂ। ਕਈ ਵਾਰ ਅਕਸਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿੱਥੇ ਤੁਹਾਡਾ ਜਿਹੜਾ ਪਰਸਨਲ ਹੁੰਦਾ ਹੈ ਉਹ ਬਹੁਤ ਜ਼ਿਆਦਾ ਐਜੀਟੇਟ ਹੁੰਦਾ ਹੈ, ਤੁਹਾਡਾ ਜੀ ਕਰਦਾ ਕਿ ਜੇ ਫੋਰ ਐਗਜ਼ਾਮਪਲ ਆ ਦਾਮਿਨੀ ਕੇਸ ਹੋਇਆ ਸੀਗਾ, ਇਸ ਕੇਸ ਵਿੱਚ ਸਿਰਫ ਮੇਰਾ ਹੀ ਨਹੀਂ, ਆਈ ਐਮ ਸ਼ੋਰ ਦ ਇੰਟਾਇਰ ਨੇਸ਼ਨ ਵਾਜ਼ ਐਜੀਟੇਟਡ, ਇੰਨਾ ਐਜੀਟੇਟਡ ਸੀਗਾ ਕਿ ਅਸੀਂ ਸਾਰਿਆਂ ਦਾ ਜੀ ਕਰਦਾ ਸੀ ਕਿ ਇਹਨਾਂ ਨੂੰ ਫੌਰੀ ਤੌਰ 'ਤੇ ਕੋਈ ਨਾ ਕੋਈ ਇਹੋ ਜਿਹੀ ਸਜ਼ਾ ਦਿੱਤੀ ਜਾਏ ਤਾਂ ਕਿ ਇਹ ਸਬਕ ਬਣਨ। ਲੇਕਿਨ ਉਹ ਇੱਕ ਪਰਸਨਲ ਸੋਚ ਹੈ, ਉਹ ਇੱਕ ਸਮਾਜਿਕ ਸੋਚ ਹੈ ਸਾਡੀ, ਸਮਾਜਿਕ ਸੋਚ ਹੈ ਐਜ਼ ਅ, ਬਟ ਮੈਨੂੰ ਇੱਕ ਦੂਸਰੀ ਜ਼ਿੰਮੇਵਾਰੀ ਜਿਹੜੀ ਹੈ ਬਤੌਰ ਇੱਕ ਸੀਨੀਅਰ ਪੁਲਿਸ ਅਫਸਰ ਸੋਚਣਾ ਪੈਂਦਾ, ਐਂਡ ਸਾਡੇ ਦੇਸ਼ ਵਿੱਚ ਕਾਨੂੰਨ ਬਹੁਤ ਕਲੀਅਰ ਹੈ ਕਿ ਅਸੀਂ ਇਹ ਕਿਸੇ ਕ੍ਰਿਮੀਨਲ ਨੂੰ ਕਿਸ ਤਰੀਕੇ ਨਾਲ ਡੀਲ ਕਰਨਾ, ਐਂਡ ਅਸੀਂ ਕਾਨੂੰਨ ਵਿੱਚ ਕਿਸੇ ਤਰੀਕੇ ਦੀ ਕੁਤਾਹੀ ਜਾਂ ਨਰਮੀ ਨਹੀਂ ਵਰਤੇ।